ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਔਰ ਅਗਰ ਤੁਹਾਡਾ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰ ਸਕਦੇ ਹੋ। ਸੋ ਅੱਜ ਆਪਾਂ ਪਰਟੀਕੁਲਰ ਗੱਲ ਕਰਾਂਗੇ ਪ੍ਰੋਵੀਜ਼ਨ ਅਟੈਸਟੇਸ਼ਨ ਲੈਟਰ ਕੀ ਹੈਗੀ ਆ, ਸੋ ਜਿਹਨੂੰ PA ਵੀ ਕਹਿ ਰਹੇ ਆ। ਸੋ ਉਹਦਾ ਕੀ ਰਿਐਲਿਟੀ ਆ, ਕਦੋਂ ਤੋਂ ਇੰਪਲੀਮੈਂਟ ਹੋਏਗੀ? ਸੋ ਜਿਹੜੀ ਇੰਪਲੀਮੈਂਟ ਹੋਏਗੀ ਉਹ 31 ਮਾਰਚ ਤੋਂ ਹੋਏਗੀ। ਉਹਨਾਂ ਨੇ ਟਾਈਮ ਦਿੱਤਾ ਕਿਉਂਕਿ ਕੋਈ ਵੀ ਸਿਸਟਮ ਨੂੰ ਜਦੋਂ ਆਪਾਂ ਅਡੋਪਟ ਕਰਦੇ ਹਾਂ ਤਾਂ ਉਹਨੂੰ ਇੱਕ ਟਾਈਮ ਲੱਗਦਾ ਵਾ। ਸੋ 31 ਤੱਕ ਕੀ ਸਿਸਟਮ ਆਉਂਦਾ, ਕੀ ਪੋਰਟਲਸ 'ਤੇ ਅਪਡੇਟ ਹੋਏਗਾ, ਉਹ ਤੁਹਾਨੂੰ ਜਿੱਦਾਂ ਵੀ ਕੋਈ ਅਪਡੇਟ ਆਏਗੀ ਤੁਹਾਡੇ ਤੱਕ ਪ੍ਰੋਵਾਈਡ ਕਰਵਾਤੀ ਜਾਏਗੀ। ਸੋ ਬਟ ਇਹ ਹੁਣ ਟਰੂ ਆ, ਇਹ ਰਿਐਲਿਟੀ ਆ ਕਿ ਹੁਣ ਜਿਹੜਾ ਵੀ ਸਟੂਡੈਂਟ, ਕਿਉਂਕਿ 22 ਤੋਂ ਬਾਅਦ ਫਾਈਲਸ ਲੱਗਣੀਆਂ ਬੰਦ ਹੋ ਗਈਆਂ, ਸੋ ਹੁਣ ਜਿਹੜੀ ਵੀ ਫਾਈਲ ਲੱਗੇਗੀ ਉਹ ਪ੍ਰੋਵੀਜ਼ਨ ਅਟੈਸਟੇਸ਼ਨ ਲੈਟਰ ਦੇ ਨਾਲ ਲੱਗੇਗੀ। ਸੋ ਸਟੂਡੈਂਟ ਨੂੰ ਜਿਹੜੇ ਵੀ ਉਹ ਪ੍ਰੋਵਿੰਸ ਦੇ ਵਿੱਚ ਜਾ ਰਿਹਾ ਵਾ ਉਹਦੀ ਗਵਰਨਮੈਂਟ ਤੋਂ ਇੱਕ ਅਪਰੂਵਲ ਲੈਣੀ ਪਏਗੀ, ਜਿੱਦਾਂ ਕਿ ਮੋਂਟਰੀਅਲ ਦੇ ਵਿੱਚ CEO ਸੀਗੀ। ਸੋ ਹਰ ਸਟੂਡੈਂਟ ਨੂੰ ਲੈਣੀ ਪਏਗੀ, ਬਟ ਹਾਂ ਮਾਸਟਰ ਪ੍ਰੋਗਰਾਮਸ ਵਾਲਿਆਂ ਨੂੰ ਇਹ ਅਟੈਸਟੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਆ। ਸੋ ਇਹ ਇੱਕ ਤਰ੍ਹਾਂ ਇੱਕ ਪਲੱਸ ਪੁਆਇੰਟ ਵੀ ਆ। ਉਹਦਾ ਰੀਜ਼ਨ ਕੀ ਆ, ਕਿਉਂਕਿ ਜਿੰਨੇ ਵੀ ਰੂਲਸ ਉੱਥੇ ਇੰਪਲੀਮੈਂਟ ਹੋਏ ਆ ਉਹ ਸਟੂਡੈਂਟਸ ਦੇ ਫੇਵਰ ਦੇ ਵਿੱਚ ਹੀ ਆ, ਕਿਉਂਕਿ ਉੱਥੇ ਸਟੂਡੈਂਟ ਬਹੁਤ ਜਾਣ ਲੱਗ ਪਿਆ ਸੀਗਾ। ਸੋ ਉੱਥੇ ਹਾਊਸਿੰਗ ਦੀ ਪ੍ਰੋਬਲਮ, ਬੱਚਿਆਂ ਨੂੰ ਜੋਬਸ ਦੀ ਪ੍ਰੋਬਲਮ ਸੀਗੀ। ਹੁਣ ਜਦੋਂ ਪ੍ਰੋਵਿੰਸ ਵਾਈਜ਼ ਅਟੈਸਟੇਸ਼ਨਸ ਹੋਣਗੀਆਂ ਤਾਂ ਉੱਥੇ ਦੀ ਗਵਰਨਮੈਂਟ ਨੂੰ ਵੀ ਪਤਾ ਹੋਏਗਾ ਕਿ ਕਿਹੜੇ ਪ੍ਰੋਵੀਜ਼ਨ ਦੇ ਵਿੱਚ ਕਿੰਨੇ ਸਟੂਡੈਂਟ ਆ ਰਹੇ ਔਰ ਉੱਥੇ ਦੀ ਕੀ ਰਿਕੁਆਇਰਮੈਂਟ ਸਟੂਡੈਂਟਸ ਨੂੰ ਹੈਗੀਆਂ ਵਾ। ਸੋ ਅਗਰ ਆਪਾਂ ਇਹਨੂੰ ਪੋਜ਼ਿਟਿਵ ਲਈਏ ਤਾਂ ਆਲ ਓਵਰ ਇਹ ਸਾਰਾ ਕੁਛ ਸਟੂਡੈਂਟ ਦੇ ਫੇਵਰ 'ਚ ਆ। ਸੋ ਮੋਰ ਡਿਟੇਲਸ ਲਈ ਤੁਸੀਂ ਕਾਲ ਕਰ ਸਕਦੇ ਹੋ ਦਾ ਵੀਜ਼ਾ ਆਫਿਸ 90410 90410। ਸਤਿ ਸ਼੍ਰੀ ਅਕਾਲ।